ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸਿਟੀ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਸਬਜ਼ੀ ਮੰਡੀ ਪਾਤਰਾ ਚ ਲਗਾਇਆ ਕੋਰੋਨਾ ਜਾਂਚ ਕੈਂਪ। ਸੌ ਦੇ ਕਰੀਬ ਲਏ ਗਏ ਸੈਂਪਲ। ਕੋਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਕੋਰੋਨਾ ਟੈਸਟ ਲਈ ਜਾਰੀ ਕੀਤੀਆਂ ਹਦਾਇਤਾਂ ਤਹਿਤ ਸਿਟੀ ਪੁਲਿਸ ਪਾਤਰਾ ਨੇ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਪਾਤਰਾ ਦੀ ਸਬਜ਼ੀ ਮੰਡੀ ਵਿੱਚ ਕੋਰੋਨਾ ਜਾਂਚ ਕੈਂਪ ਲਾਇਆ ਗਿਆ, ਜਿਹਦੇ ਵਿੱਚ ਰਾਜ ਆੜਤੀਆਂ ਅਤੇ ਬਿਨਾਂ ਮਾਸਕ ਤੋਂ ਆਉਣ ਜਾਣ ਵਾਲੇ 100 ਦੇ ਕਰੀਬ ਕੋਰੋਨਾ ਸੈਂਪਲ ਲਏ ਅਤੇ ਮਾਸਕ ਵੀ ਵੰਡੇ ਗਏ। ਸਿਟੀ ਪੁਲਿਸ ਚੌਂਕੀ ਇੰਚਾਰਜ ਕਰਨੈਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਜਾਰੀ ਹਦਾਇਤਾਂ ਤਹਿਤ ਕੋਰੋਨਾ ਜਾਂਚ ਕੈਂਪ ਲਾਇਆ ਗਿਆ ਤਾਂ ਜੋ ਵੱਧ ਤੋਂ ਵੱਧ ਕੋਰੋਨਾ ਜਾਂਚ ਕੈਂਪ ਲਾ ਕੇ ਕੋਰੋਨਾ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਹਰ ਇੱਕ ਨੂੰ ਆਪਣਾ ਕੋਰੋਨਾ ਜਾਂਚ ਕਰਵਾਉਣੀ ਚਾਹੀਦੀ ਹੈ। ਸਬਜ਼ੀ ਮੰਡੀ ਦੇ ਪ੍ਰਧਾਨ ਨਾਰਾਇਣ ਗਾਰਗ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਸਿਟੀ ਪੁਲਿਸ ਦੀ ਮਦਦ ਦੇ ਨਾਲ ਕੋਰੋਨਾ ਸੈਂਪਲ ਲੈਣ ਤੇ ਬਿਨਾਂ ਮਾਸਕ ਵਾਲਿਆਂ ਨੂੰ ਮਾਸਕ ਦਿੱਤੇ ਜਾ ਰਹੇ ਹਨ। ਮੰਡੀ ਵਿੱਚ ਸਬਜ਼ੀ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸੋਸ਼ਲ ਡਿਸਟੈਂਸ ਅਤੇ ਮਾਸਕ ਲਾਉਣ ਲਈ ਕਿਹਾ ਜਾਂਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਹਾਮਾਰੀ ਤੋਂ ਬਚਾਉਣ ਦੇ ਲਈ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਜੋ ਸਮੇਂ ਸਮੇਂ ਹਦਾਇਤਾਂ ਜਾਰੀ ਹੁੰਦੀਆਂ ਵਾ ਕਿ ਕੋਰੋਨਾ ਮਹਾਂਮਾਰੀ ਦੇ ਹੋਏ ਆਪਣੇ ਸੈਂਪਲਿੰਗ ਕਰਾਈ ਜਾਵੇ, ਉਸ ਕਰਕੇ ਅਸੀਂ ਆਪਣੇ ਪਟਿਆਲਾ ਹਸਪਤਾਲ ਦੀ ਮਦਦ ਨਾਲ ਅਸੀਂ ਉੱਥੇ ਕੈਂਪ ਲਾਇਆ ਹੋਇਆ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਸੈਂਪਲਿੰਗ ਹੋ ਰਹੀ ਆ। ਕਰੀਬ 80 ਦੇ ਸੈਂਪਲਿੰਗ ਹੋ ਚੁੱਕੀ ਆ। ਅੱਜ ਅਸੀਂ ਜਿਹੜਾ ਸੈਂਪਲ ਇੱਥੇ ਲਾਇਆ ਹੋਇਆ ਫੱਜ ਮੰਡੀ ਦੇ ਚ ਲਾਇਆ ਅਤੇ ਕਰੀਬ ਅਸੀਂ 100 ਦੇ ਆਪਣੇ ਮਾਸੀ ਵੰਡ ਚੁੱਕੇ ਹਾਂ ਅਤੇ ਇਸ ਵਿੱਚ ਸਾਡੇ ਆਰਤੀ ਐਸੋਸੀਏਸ਼ਨ ਆ ਇਸ ਪੂਰਾ ਸਹਿਯੋਗ ਦੇ ਰਹੀ ਆ। ਇਹ ਮਾਸਕ ਮੰਡੀ ਆ, ਸਾਡੇ ਉਹਨਾਂ ਨੂੰ ਉਹ ਹੀ ਮੈਸੇਜ ਆ ਵੀ ਮਾਸਕ ਲਾ ਕੇ ਆਉਣ ਔਰ ਜੋ ਪ੍ਰੋਪਰ ਸੋਸ਼ਲ ਡਿਸਟੈਂਸ ਉਹ ਆਪਣੇ ਰੱਖਣ। ਕੀ ਲੱਗਦਾ ਮੰਡੀ 'ਚ ਜ਼ਿਆਦਾ ਘੱਟ ਹੋਣ ਵਾਸਤੇ ਕੋਈ ਹਦਾਇਤਾਂ ਜਾਰੀ ਕੀਤੀਆਂ ਤੁਸੀਂ ਨਾ ਕੀਤਾ ਜਾਵੇ ਜੀ? ਨਹੀਂ, ਅਸੀਂ ਇਹਨਾਂ ਨੂੰ ਇਹ ਹਦਾਇਤਾਂ ਕਰਦੇ ਹਾਂ ਵੀ ਘੱਟ ਤੋਂ ਘੱਟ ਰਸ਼ ਕੀਤਾ ਜਾਵੇ ਔਰ ਲੋੜਵੰਦ ਹੀ ਬੰਦਾ ਇੱਥੇ ਆ ਸਬਜ਼ੀ ਲੈਣਾ ਆਵੇ ਤਾਂ ਲੋੜਵੰਦ ਹੀ ਵੇਚਣ ਆਵੇ। ਅਸੀਂ ਆਰਤੀ ਐਸੋਸੀਏਸ਼ਨ ਸਬਜ਼ੀ ਮੰਡੀ ਪਾਤਰਾਂ ਵੱਲੋਂ ਪਾਤਰਾਂ ਪੁਲਿਸ ਦੇ ਸਹਿਯੋਗ ਦੇ ਨਾਲ ਇੱਥੇ ਲੋਕਾਂ ਨੂੰ ਮਾਸਕ ਵੰਡਣ ਦੇ ਲਈ ਕੈਂਪ ਲਾਇਆ ਔਰ ਸਾਡੀ ਇਹ ਬੇਨਤੀ ਹੈ ਸਾਰਿਆਂ ਨੂੰ ਔਰ ਸੁਚੇਤ ਵੀ ਕਰ ਰਹੇ ਹਾਂ ਅਸੀਂ ਵੀ ਸਬਜ਼ੀ ਮੰਡੀ ਦੇ ਵਿੱਚ ਜਿਹੜਾ ਵੀ ਕੋਈ ਇਨਸਾਨ ਆਉਂਦਾ ਹੈ ਉਹ ਆਪਣਾ ਮਾਸਕ ਲਾ ਕੇ ਜ਼ਰੂਰ ਲੈ ਕੇ ਆਵੇ। ਜੇ ਕੋਈ ਸਬਜ਼ੀ ਖਰੀਦਣ ਆਉਂਦਾ ਜਾਂ ਵੇਚਣ ਆਉਂਦਾ ਸਾਡੀ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੋ ਸਰਕਾਰ ਦੇ ਗਾਈਡਲਾਈਨਸ ਨੇ ਉਹਨਾਂ ਦਾ ਪਾਲਣ ਕੀਤਾ ਜਾਵੇ ਔਰ ਮਾਸਕ ਲਾ ਕੇ ਆ ਜਾਵੇ, ਸੈਨੇਟਾਈਜ਼ਰ ਨਾਲ ਲੈ ਕੇ ਆ ਜਾਵੇ ਔਰ ਜਦੋਂ ਅਸੀਂ ਹਰ ਇੱਕ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਦੋਂ 5-4 ਬੰਦੇ ਸਮਾਨ ਲੈ ਕੇ ਚਲੇ ਜਾਂਦੇ ਨੇ ਉਦੋਂ ਬਾਅਦ ਹੀ ਦੁਬਾਰਾ ਹੋਰ ਲੈਣਾ ਹਨ ਔਰ ਜੋ ਵੀ ਕਿਸਾਨ ਨੇ ਸਬਜ਼ੀ ਵੇਚਣ ਆਉਂਦੇ ਨੇ ਜਾਂ ਖਰੀਦਣ ਆਉਂਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਵੀ ਇਹਨਾਂ ਜੋ ਸਰਕਾਰ ਦੀ ਗਾਈਡਲਾਈਨ ਦੇ ਇਹਨਾਂ ਦਾ ਪਾਲਣ ਕੀਤਾ ਜਾਵੇ। ਪਾਤਰਾ ਤੋਂ ਸਤਪਾਲ ਗਰਗ ਦੀ ਰਿਪੋਰਟ।